ਹਾਂਜੀ, ਮੈਂ ਗੁਰਸਾਹਿਬ ਸਿੰਘ, ਪਿੰਡ ਬੂਲੇ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ। ਬਾਈ, ਆਪਾਂ ਅੱਜ ਹੈਪੀ ਸੀਡਰ ਦਾ ਕਰ ਰਹੇ ਹਾਂ ਟਰਾਇਲ ਆਪਣੀ ਜ਼ਮੀਨ 'ਚ, ਦੁਸਹਿਰੇ ਵਾਲੇ ਦਿਨ ਹੀ। ਅਤੇ ਆਹ ਤੁਹਾਨੂੰ ਦਿਖਾਉਂਦੇ ਹਾਂ, ਰੀਪਰ ਵੀ ਆਪਣਾ ਮੋਡੀਫਾਈ ਕੀਤਾ ਹੋਇਆ, ਯੂਨੀਵਰਸਿਟੀ ਦੀ ਮੇਲੇ ਤੋਂ ਆਪਾਂ ਲਿਆਂਦੀਆਂ ਹੈ, ਵੀਡੀਓ ਬਣਾ ਕੇ ਉਸ ਹਿਸਾਬ ਨਾਲ ਬਣਵਾਇਆ ਜੀ ਸਾਰਾ। ਅਤੇ ਆਪਣੇ ਕੋਲ ਦੋ ਹੈਪੀ ਸੀਡਰ ਆ ਜੀ, ਇੱਕ ਧਾਰੀਵਾਲ ਵਾਲਿਆਂ ਦਾ ਅਤੇ ਇੱਕ ਕੰਬੋਜ ਵਾਲਿਆਂ ਦਾ। ਵਧੀਆ ਬਣਦੇ ਯਾਰ, ਸਿਆੜ ਬਹੁਤ ਵਧੀਆ ਜੀ, ਡਾਕਟਰ ਸਾਹਿਬ ਜੀ ਬਹੁਤ ਵਧੀਆ ਬਣਦੇ ਨੇ। ਆਹ ਤਾਂ ਮਾਰਦੀ ਛਾਲਾ, ਬਹੁਤ ਸੋਹਣਾ ਯਾਰ ਬਣਦੇ ਛਾਲਾ ਤੇ, ਕੋਈ ਦਿੱਕਤ ਹੀ ਨਹੀਂ ਹੈਗੀ ਯਾਰ ਇਹ ਤਾਂ। ਹੈ ਬਹੁਤ ਸੋਹਣਾ ਆ ਜਿਹੜਾ, ਬਹੁਤ ਸੋਹਣਾ ਬਰੀਕ ਕਰਤਾ ਨਾ ਇਹ, 9 ਇੰਚ ਤੇ ਸਿਆੜ ਹੁੰਦਾ ਜੀ। ਆਹ ਰੀਪਰ ਨਾਲ ਬੁੱਥੇ ਵੱਡਿਆ ਜੀ, ਬਰੀਕ ਜ਼ਿਆਦਾ ਹੋਏ ਆ, ਰਿਜ਼ਲਟ ਬਹੁਤ ਸੋਹਣਾ। ਆਹ ਉੜਾਂ ਦੇਖੋ, ਉਵੇਂ ਦਿਸ ਰਹੀਆਂ ਸਾਰੀਆਂ। ਹਾਂਜੀ, ਦੂਜਾ ਵੀ ਲਾਇਓ ਫਿਰ, ਆਹ ਦੇਖੋ ਜੀ ਬਹੁਤ ਵਧੀਆ ਉੜਾਂ ਬਣਦੀਆਂ। ਕਣਕ ਵਾਲੇ ਵੀਰਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ, ਕਣਕ ਤਾਂ ਬੀਜੀ ਜਾ ਸਕਦੀ ਜੀ ਬਿਨਾਂ ਅੱਗ ਲਾਉਣ ਤੋਂ। ਇਹ ਟਰਾਇਲ ਆਪਣੇ ਪਿੰਡ ਬੂਲੇ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ ਵਿੱਚ ਆਪਾਂ ਕਰ ਰਹੇ ਹਾਂ। ਦੋ ਹੈਪੀ ਸੀਡਰ ਆ, ਦੋ ਕੰਪਨੀਆਂ ਦੇ। ਪਹਿਲਾਂ ਇਹਨੂੰ ਯੂਨੀਵਰਸਿਟੀ ਵਾਲਾ ਰੀਪਰ ਆ ਜੋ ਕਰਚੇ ਵੱਢਣ ਵਾਲਾ, ਮੋਡੀਫਾਈ ਕੀਤਾ ਯੂਨੀਵਰਸਿਟੀ ਦੇ ਤਰੀਕੇ ਮੁਤਾਬਕ ਹੀ, ਅਤੇ ਉਸ ਹਿਸਾਬ ਨਾਲ ਆਪਾਂ ਵੱਢ ਰਹੇ ਹਾਂ ਜੀ। ਹਾਂਜੀ, ਜੇ ਕਿਸੇ ਵੀਰ ਨੇ ਹੋਰ ਪੁੱਛਣਾ ਹੋਵੇ ਜਾਂ ਦੇਖਣਾ ਹੋਵੇ, ਮੇਰਾ ਨੰਬਰ ਆ ਜੀ 94633, ਵਟਸਐਪ ਨੰਬਰ ਆ ਜੀ 94633883890। ਪਿੰਡ ਆ ਜੀ ਆਪਣਾ ਬੂਲੇ। ਹੁਣ ਜੀ ਆਪਾਂ ਜਿਹੜੇ ਖੜ੍ਹੇ ਮਸ਼ੀਨ ਦੇ ਕਰਚੇ ਉਹਨਾਂ ਵਿੱਚ ਗੇੜਾ ਲਾਉਣ ਲੱਗੇ ਹਾਂ ਜੀ, ਉਹ ਵੀ ਤੁਹਾਨੂੰ ਦੱਸਣੇ ਆ ਜੀ ਸਾਰੀ ਰਿਪੋਰਟ। ਹਾਂਜੀ, ਇਹ ਰੀਪਰ ਮਾਰ ਕੇ ਨਾ ਦੂਜਾ ਵੀ ਲੈ ਗਿਆ, ਉਹਨੂੰ ਲੈ ਗਿਆ ਲੱਗ ਜੂ ਭਲਾ। ਆਹ ਚੀਜ਼ ਵਧੀਆ ਜੀ, ਆਹ ਉਹ ਵਧੀਆ ਜੀ ਇਹਦੇ ਨਾਲੋਂ। ਇੰਨੀ ਟਰੈਕਟਰ ਦਾ ਵੀ ਕੋਈ ਜ਼ੋਰ ਨਹੀਂ ਲੱਗਦਾ, ਆਮ 'ਤੇ ਹੀ ਲਗਾਉਂਦਾ ਜੀ, ਮਤਲਬ ਕਿ ਐਵਰੇਜ ਤੌਰ 'ਤੇ ਮੰਨੀਏ ਟਰੈਕਟਰ 10 ਤੋਂ 15 ਕਿੱਲਿਆਂ ਦੇ ਕਰੀਬ ਘੇਰ ਸਕਦਾ ਵਧੀਆ ਜੀ ਇੱਕ ਟਰੈਕਟਰ। ਹਾਂਜੀ, ਯਾਰ ਚੀਜ਼ ਵਧੀਆ ਲੱਗਦੀ ਹੈ ਜੀ, ਜਿਹੜੀ ਆਪਾਂ ਉੱਥੇ ਵੱਢ ਕੇ ਜਿਹੜਾ ਯੂਨੀਵਰਸਿਟੀ ਵਾਲਾ ਕਰਚੇ ਵੱਢਣ ਵਾਲਾ ਉਹਦੇ ਨਾਲ ਹਾਂਜੀ। ਇੱਕ ਗੱਲ ਹੋਰ ਜੀ, ਆਪਾਂ ਇਹਦੇ ਵਿੱਚ ਕਣਕ ਦਾ ਬੀਜ ਵੀ ਪਾਇਆ ਹੋਇਆ ਜੀ, ਅਜੇ ਮਤਲਬ ਕਿ ਅੱਜ ਦੁਸਹਿਰੇ ਵਾਲਾ ਦਿਨ ਆ, ਅਤੇ ਲਗਭਗ 20 ਤੋਂ 25 ਦਿਨ ਨੂੰ ਕਣਕ ਦੀ ਬਿਜਾਈ ਸ਼ੁਰੂ ਹੋਏਗੀ, ਅਤੇ ਉਹਨਾਂ ਚਿਰ ਨੂੰ ਆਪਾਂ ਨੂੰ ਇਹਦਾ ਰਿਜ਼ਲਟ ਵੀ ਮਿਲ ਜੂਗਾ ਜੀ, ਕਣਕ ਕਿਵੇਂ ਉੱਗ ਰਹੀ ਆ ਜੀ। ਹਾਂਜੀ, ਅਤੇ ਆਹ ਆਪਾਂ ਯੂਨੀਵਰਸਿਟੀ ਦਾ ਜੋ ਰੀਪਰ ਦੇਖਿਆ ਮੇਲੇ 'ਚ ਉਹਦੇ ਮੁਤਾਬਕ ਬਣਵਾਇਆ ਜੀ। ਹਾਂਜੀ, ਆਹ ਤਕਨੀਕ ਆ ਜੀ ਯੂਨੀਵਰਸਿਟੀ ਦੀ, ਆਪਾਂ ਉਹਨਾਂ ਦੇ ਮੁਤਾਬਕ ਹੀ ਬਣਵਾਇਆ ਜੀ, ਸਾਰਾ ਮੇਲੇ 'ਚ ਦੇਖਿਆ ਹਲਦਿਆਣੇ ਉਸ ਹਿਸਾਬ ਨਾਲ ਤਿਆਰ ਕਰਵਾਇਆ ਜੀ। ਚਲੋ ਜੀ, ਆਹ ਦੇਖੋ ਬਿਲਕੁਲ ਸਹੀ ਓੜਿਆਂ ਦਿਸ ਰਹੀਆਂ। ਹੁਣ ਆਪਾਂ ਫਿਰ ਅੱਗੇ ਫੁੱਲ ਰੀਪਰ ਨੀਵਾਂ ਸੁੱਟ ਕੇ ਵੱਢੇ ਸੀ, ਹੁਣ ਲਗਭਗ 7 ਕੁ ਇੰਚ ਉੱਚਾ ਚੁੱਕੇ ਵੱਢਣ ਦੀ ਕੋਸ਼ਿਸ਼ ਕਰਕੇ ਇਹਦਾ ਰਿਜ਼ਲਟ ਵੀ ਲੈ ਕੇ ਵੇਖਦੇ ਹਾਂ ਜੀ।
ਕੁਝ ਇਸ ਚੀਜ਼ ਦਾ ਰਿਜ਼ਲਟ ਵਧੀਆ ਲੱਗੂਗਾ ਜੀ, ਮਿਲੂਗਾ ਜੀ। ਇਹਨਾਂ ਦੇਖੋ ਬੁੱਥਾ 6-7 ਇੰਚ ਉੱਚਾ, ਇਹ ਸਾਰਾ ਲਾਂਘਾ ਧਰਤੀ 'ਤੇ ਨਹੀਂ ਗਿਆ। ਅਤੇ ਇਹ ਵੀ ਆਪਾਂ ਕਰਕੇ ਦੇਖਦੇ ਹਾਂ ਜੀ, ਬੁੱਥੇ ਉੱਚੇ ਵੱਡੇ ਆ, ਹੁਣ ਇਹਦੇ 'ਚ ਕੇਰਾਂਗੇ ਜੀ।